ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਡੇ YouTube ਚੈਨਲ ਤੇ ਸਵਾਗਤ ਹੈ ਰਮਨ ਦੇ ਕਿਚਨ ਚ। ਤੇ ਅੱਜ ਸਾਡੇ ਘਰੇ ਇੱਕ ਡਿਸ਼ ਬਣੀ ਜਾ ਰਹੀ ਹੈ। ਡਿਸ਼ ਨੂੰ ਕਿਆ ਕਹੋਗੇ? ਇਹਨੂੰ ਕੀ ਕਹੋਗੇ? ਇਹਨੂੰ ਬੇਸਨ ਦਾ ਚੀਲਾ। ਸਾਡੇ ਆਪਣੇ ਕੀ ਕਹਿੰਦੇ ਆਪਣੇ ਬੇਸਨ ਵਾਲੇ ਪੂੜੇ ਬਣਾਏ ਜਾ ਰਹੇ ਹੈ। ਟਰਾਈ ਕਰ ਰਹੇ ਹਾਂ। ਬਣਾਏ ਨੀ ਤਾਂ ਕਦੀ ਪਹਿਲਾਂ? ਪਹਿਲਾਂ ਮੈਂ ਪਿੱਛੇ ਹਲਵਾਈ ਰਹੀ ਹਾਂ। ਇਸ ਚ ਅਸੀਂ ਨਮਕ ਪਾਇਆ, ਮਿਰਚ ਪਾਈ ਹੋਈ, ਮੇਥੀ ਪਾਈ ਆ, ਹਲਦੀ। ਬਸ ਦੈਟਸ ਇਟ। ਮੇਰਾ ਸਾਰਾ ਸਮਾਨ ਹੈਗਾ ਰੈਡੀ। ਬਸ ਮੈਂ ਹੁਣ ਵੇਟ ਕਰ ਰਹੀ ਹਾਂ ਕਿ ਮੇਰਾ ਤਵਾ ਹੋ ਜਾਵੇ ਗਰਮ, ਅਤੇ ਫਿਰ ਉਸ ਤੋਂ ਬਾਅਦ ਸਟਾਰਟ ਕਰਦੇ ਹਾਂ ਅਤੇ ਫਿਰ ਆਪਾਂ ਲਵਾਂਗੇ ਰਿਵਿਊ ਜੋਤਨਾ ਤੋਂ ਵੀ ਕਿਵੇਂ ਦੇ ਬਣਿਆ ਬੇਸਨ ਦਾ ਚੀਲਾ। ਸੋਰੀ, ਪਹਿਲਾਂ ਮੈਨੂੰ ਨਹੀਂ ਸੀ ਪਤਾ ਵੀ ਇਹ ਦੱਗ ਵੀ ਲੱਗ ਜਾਂਦੀ ਹੁੰਦੀ ਹੈ ਜ਼ਿਆਦਾ ਗਰਮ ਤੇ ਹੁੰਦਾ ਹੈ। ਇਹਨੂੰ ਮੈਂ ਕਾਹਦੇ ਨਾਲ ਪਾਵਾਂ? ਚਮਚ ਨਾਲ ਪਾ ਲਾਂ? ਚਮਚ ਨਾਲ ਫੈਲਾ ਲਓ ਇਹਨੂੰ ਤਵੇ ਤੇ। ਥੋੜਾ ਮੋਟਾ ਹੈ, ਬੰਜਣਾ ਥੋੜਾ ਫੈਲਾ ਦੋ ਤੇ, ਪਰ ਥੋੜਾ ਪਤਲਾ ਚਾਹੀਦਾ। ਹਾਂ, ਥੋੜਾ ਹੋਰ ਪਤਲਾ ਚਾਹੀਦਾ ਹੈਗਾ। ਇਹ ਤਾਂ ਚਿਪਕ ਕੇ ਰਿਹਾ, ਮੈਨੂੰ ਲੱਗਦਾ ਤਾਂ ਨੋਨ ਸਟਿੱਕ ਹੀ ਨਹੀਂ ਹੈਗਾ। ਨਹੀਂ, ਇਹੀ ਉਹੀ ਆ। ਆਲੇ ਦੁਆਲੇ ਕੀ ਛਿੜਕ ਦੋ ਸਾਈਡਾਂ ਤੇ, ਬਾਗੀ ਲੱਗ ਗਈ ਸੀਗੀ। ਵੱਡੇ ਸ਼ੈਫ ਬਣ ਗਏ ਸੀ। ਪਹਿਲੀ ਵਾਰ ਬਣਾ ਰਹੇ ਹਾਂ ਤਾਂ ਇੰਨਾ ਕੁਛ ਤਾਂ ਹੋ ਹੀ ਜਾਣਾ ਸੀ। ਇਹਨੂੰ ਹੁਣ ਨਾਲ ਦੀ ਨਾਲ ਅਜੇ ਅਜੇ ਰੁਕ ਜਾ ਰੁਕ ਜਾ, ਮੈਂ ਥੋੜ੍ਹੇ 'ਚ ਪਾਣੀ ਐਡ ਕਰ ਲਿਆ ਹੁਣ। ਪਹਿਲੀ ਕੋਸ਼ਿਸ਼ ਕਾਮਯਾਬ। ਸਹੀ ਹੈ ਨਾ? ਵਧੀਆ ਬਣ ਗਿਆ। ਦਿਖਾਓ, ਨੇੜੇ ਦਿਖਾਓ, ਬਣ ਗਿਆ, ਸੋਹਣਾ ਬਣਿਆ। ਹੁਣ ਸਹੀ ਬਣੂਗਾ ਹੈ ਨਾ? ਪਤਲਾ ਹੋ ਗਿਆ। ਅਬ ਹਮ ਬਣ ਗਏ ਹੈ ਮਾਸਟਰ ਸ਼ੈਫ। ਜੰਮੀ ਮੈਨੂੰ ਜ਼ਿਆਦਾ ਨਹੀਂ ਫੁਲਾ ਰਹੀ, ਫਿਰ ਟੁੱਟ ਜਾਂਦਾ ਹੈ ਨਾ। ਆ ਵਧੀਆ ਆ, ਵਧੀਆ ਬਣਿਆ, ਆ ਸਹੀ ਬਣ ਗਿਆ ਹੈ। ਇੱਕ ਤਰ੍ਹਾਂ ਦਾ ਹੈਲਦੀ ਬ੍ਰੇਕਫਾਸਟ ਹੋ ਗਿਆ। Thank you.
ਘੱਟ ਤੇ ਰੱਖਣਾ ਹੈ ਗੈਸ ਘੱਟ ਤੇ ਹੈ ਹਮ ਘੱਟ ਤੇ ਹੈ ਹਲੇ ਨਹੀਂ ਹੋਇਆ ਹੋਗਾ ਨਾ ਹੋ ਗਿਆ ਹੋ ਗਿਆ ਜੀ ਹੋ ਗਿਆ ਬਣ ਗਿਆ ਤੁਸੀਂ ਬਣਾਇਆ ਪਹਿਲਾਂ ਕਦੇ ਹਾਂ बुलावा जो तो ना अंदर व्यू लेंगे ठीक है मैं आई सेवा फिर कॉल कर लो ज्यादा बनाते जो दही च नहीं पाते होंगे पूड़िया बेसन दया कदी खादा दही दही कि ਇਹਦੇ ਵਾਲਾ ਇਹ ਕਪੂੜਾ ਬਣਾ ਕੇ ਨਾ ਵੱਡਾ ਇਹਨੂੰ ਦਹੀਂ ਚ ਪਾ ਲਓ ਦਹੀਂ ਚ ਲੂਣ ਮਿਰਚ ਪਾ ਲਓ ਗੰਡਾ ਗੁੰਡਾ ਪਾ ਲਓ ਬੜਾ ਸਵਾਦ ਲੱਗਦਾ ਉਹ ਵੀ ਇੱਕ ਨਵੀਂ ਡਿਸ਼ ਹੋ ਗਈ ਹਨਾ ਹੂੰ ਸਾਡੇ ਦੇ ਬਣਾਉਂਦੇ ਆ ਪੂੜੀਆਂ ਵਾਲਾ ਦਹੀਂ ਕਹਿੰਦੇ ਨਾ ਇਹ ਸਾਰੇ ਕਿਤੇ ਨਾ ਅਲੱਗ ਅਲੱਗ ਤਰੀਕੇ ਖਾਂਦੇ ਆ ਚੀਜ਼ ਨੂੰ ਹਨਾ ਉਹ ਤਰੀਕਾ ਉਹੀ ਹੁੰਦਾ ਬਣਾਉਣ ਦਾ ਬਟ ਉਹਨੂੰ ਖਾਣ ਦਾ ਤਰੀਕਾ ਇਹਨਾਂ ਆ ਚਲਾਉਣਾ ਚਾਹਵਾ ਉਹਦੇ ਵੀ ਨਾਲ अपने दूजे होंगे हाँ मैं भी एदा ही पर मैं बाद चेक करना हूं मिठा ਦਾਦਾ ਜੋਤਨਾ ਨੇ ਖਾਣਾ ਨਹੀਂ ਜਿਹੜੇ ਆਏ ਨੇ ਜਿਹੜੇ ਮੈਨੂੰ ਇਹ ਪਤਾ ਲੱਗੇ ਕਿੰਨੇ ਚਮਚ ਪਾ ਕੇ ਖਿਲਾਣਾ ਇਹਨੂੰ ਤਿੰਨ गोल कहते नहीं है गोल बना लिया भाजी भी दसो कोई कॉम्पलीमेंट दो बाकी वधिया बने गोल नहीं बना है बाकी गोल नहीं बन सकता जो तो पतला होगा ਮੈਂ ਪਲੇਟ ਚ ਪਾ ਕੇ ਨਾ ਦੇਖ ਲੈਂਦੀ ਹਾਂ ਤੁਸੀਂ ਕੈਮਰਾਮੈਨ ਵਿੱਚ ਵਿਚਾਰ ਲਈਏ
थोड़ा दही दे दे। क्या कह रही है? दही नहीं हैगा। ब्लॉग जो कि कुकिंग हो गया एक्सपैरिमेंट क्योंकि फर्स्ट टाइम इदा की डिश बनाई सी। बाकी तुसी ब्लॉग पूरा देखिया दे थोड़ा बहुत बहुत धन्यवाद। नैक्सट ब्लॉग्स के लिए तुसी साडा चैनल सबसक्राइब कर लो। तो थैंक यू सो मच, तुसी साडे सारे ब्लॉग्स देखते हो। तो बाकी आप मिलते हैं नैक्सट ब्लॉग च। ते उदों तक तुसी साडे नाल इदे बने रहना। थैंक यू।